सत श्री अकाल दोस्तों, स्वागत तुहाडा सेहत सुधार चैनल दे उपर ते मैं हां सुखवीर सिंह। मेरे नाल इस वक्त मौजूद ने डॉक्टर हरनाम सिंह जी। डॉक्टर साहब बहुत-बहुत स्वागत है जी। धन्यवाद सुखवीर जी, मेहरबानी जी। डॉक्टर साहब, जिवें कि आपां हर वारी वख-वखरे विषयां दे उपर गलबात करदे आं ते अज आपां गलबात करांगे क्योंकि गर्मियां दा मौसम आपां जाणदे आं कि शुरू हो गया ते इक वड्डी समस्या इस गर्मियां दे मौसम दे विच साडे लोकां दे विच देखण नूं मिलदी है। गर्मियां दा मौसम आ गया, लोकां नूं पसीना आउंदा ते पसीने दे नाल कई लोकां दे शरीर दे विचों बदबू मारन लग जांदी है। ओह समस्या इक वड्डी समस्या लोक देखदे ने, लोकां नूं सामना करना पैंदा। उस दे उपर गलबात करांगे कि आखिर किहड़े क्यों इह समस्या पैदा हुंदी है, किवें इस नूं ठीक कर सकदे हां, क्योंकि शरीर दे विचों जेकर बदबू मारे तां जिहड़ा सामने वाला व्यक्ति हुंदा उस नूं चंगा नहीं लगदा, ओह दूर दूर रहण दी कोशिश करदा है। तां आपां गलबात करांगे खासियत है जो गंदगी है साडा शरीर बाहर कढ दिंदा है, और जिहड़ियां चीजां उह मल रस्ते या ਜੁਰਨ ਦੇ ਰਸਤੇ ਨਹੀਂ ਕੱਢ ਸਕਦਾ ਹੈਗਾ, ਉਹਨੂੰ ਉਹ ਪਸੀਨੇ ਦੇ ਰੂਪ 'ਚ ਸਰੀਰ 'ਚੋਂ ਬਾਹਰ ਕੱਢਦਾ ਹੈ। ਅਸਲ ਦੇ ਵਿੱਚ ਇਹ ਸਮਝ ਲਓ ਵੀ ਸਾਡੇ ਸਰੀਰ ਦੀ ਸਫਾਈ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਤਿੰਨ ਮਾਰਗਾਂ ਰਾਹੀਂ ਹੈਗੀ ਹੈ। ਸਰੀਰ 'ਚੋਂ ਗੰਦਗੀ ਬਾਹਰ ਨਿਕਲਦੀ ਹੈ ਪਸੀਨੇ ਦੇ ਰੂਪ 'ਚ, ਟੋਇਲਟ ਦੇ ਰੂਪ 'ਤੇ, ਯੂਰਨ ਦੇ ਰੂਪ 'ਚ। ਜਦੋਂ ਅਸੀਂ ਗੰਦਾ ਖਾਣਾ ਖਾਂਦੇ ਹਾਂ ਸਾਡੇ ਪੇਟ ਦੇ ਵਿੱਚ ਪਾਚਨ ਚੰਗੀ ਤਰ੍ਹਾਂ ਨਹੀਂ ਹੁੰਦਾ ਗਾ, ਜਾਂ ਅਸੀਂ ਇਸ ਤਰ੍ਹਾਂ ਦੀ ਚੀਜ਼ਾਂ ਖਾਂਦੇ ਹਾਂ ਜਿਹੜੀਆਂ ਸਾਡੇ ਪੇਟ ਦੇ ਵਿੱਚ ਕਈ ਕਈ ਦਿਨ ਤੱਕ ਸੜਦੀਆਂ ਰਹਿੰਦੀਆਂ ਨੇ, ਉਹ ਫਿਰ ਜਿਹੜਾ ਪੋਇਜ਼ਨ ਹੈ ਸਾਡੇ ਸਰੀਰ ਦੇ ਵਿੱਚ ਖੂਨ ਦੇ ਰਾਹੀਂ ਹੁੰਦਾ ਹੋਇਆ ਸਾਡੀ ਚਮੜੀ 'ਚ ਆਉਂਦਾ ਹੈ, ਅਤੇ ਚਮੜੀ ਫਿਰ ਉਸ ਗੰਦਗੀ ਨੂੰ ਬਾਹਰ ਕੱਢਣ ਦੇ ਲਈ ਪਸੀਨੇ ਦਾ ਸਹਾਰਾ ਲੈਂਦੀ, ਜਿਹਦੇ ਕਰਕੇ ਜਿਹੜਾ ਜਿਵੇਂ ਗਰਮੀ ਦੇ ਵਿੱਚ ਬੋਡੀ ਨੂੰ ਟੈਂਪਰੇਚਰ ਨੂੰ ਬੈਲੈਂਸ ਕਰਨ ਵਾਸਤੇ ਆਪਦੇ ਸਰੀਰ ਨੂੰ ਸਰੀਰ ਪਸੀਨਾ ਲਿਆਉਂਦੀ ਹੈ, ਅਤੇ ਉਹ ਟੌਕਸਨ ਵੀ ਫਿਰ ਪਸੀਨੇ ਰੂਪ 'ਚ ਬਾਹਰ ਕੱਢ ਦਿੰਦੀ ਹੈ। ਜਿਹੜਾ ਉਹ ਬੈਕਟੀਰੀਆ ਹੁੰਦਾ ਹੈ ਗੰਦਾ ਬੈਕਟੀਰੀਆ, ਸਕਿਨ ਦੇ ਵਿੱਚ ਆ ਕੇ ਫਿਰ ਉਹਦੇ 'ਚ ਉਹ ਬਦਬੂ ਪੈਦਾ ਕਰਦਾ ਹੈ। ਸੋ ਅਸਲ ਦੇ ਵਿੱਚ ਇਹ ਖਾਣ ਪੀਣ ਨਾਲ ਜੁੜਿਆ ਵਿਸ਼ਾ ਹੈਗਾ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਸੀਗੇ, ਅੱਜ ਕੱਲ੍ਹ ਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ, 300 ਕਰੋੜ ਤੋਂ ਉੱਪਰ ਦੀ ਇੰਡਸਟਰੀ ਹੈਗੀ ਹੈ ਜੀ ਜਿਹੜੀ ਡੀਓ ਦੀ ਚੱਲਦੀ ਪਈ ਹੈ, ਔਰ ਇਹ ਡੀਓ ਲਾ ਕੇ ਆਪਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿ ਜੀ ਬੰਦੇ ਨੇ ਇੱਕ ਡੀਓ ਲਾਇਆ ਅਤੇ ਉਹਦੇ ਚਾਰੇ ਪਾਸੇ ਲੜਕੀਆਂ ਹੀ ਲੜਕੀਆਂ ਜਾਂ ਹਨਾ ਅਲੱਗ ਤਰ੍ਹਾਂ ਦੇ ਲੋਕ ਆ ਗਏ ਆ, ਅਤੇ ਉਹ ਬੰਦਾ ਜਦੋਂ ਜਾਂਦਾ ਹੈ ਲੈ ਕੇ ਵੀ ਉਹਦੇ ਨਾਲ ਫੌਰੀ ਤੌਰ 'ਤੇ ਤਾਂ ਇੱਕ ਵਾਰ ਲੱਗਦਾ ਥੋੜ੍ਹੀ ਦੇਰ ਲਈ ਤੁਹਾਨੂੰ ਬਦਬੂ ਜਿਹੜੀ ਆ ਘੱਟ ਜਾਂਦੀ ਸਰੀਰ 'ਚੋਂ, ਪਰ ਜਿਹੜਾ ਬਦਬੂ ਬਣਨ ਦਾ ਕਾਰਨ ਹੈ ਉਹਨੂੰ ਉਹ ਦੂਰ ਨਹੀਂ ਕਰ ਸਕਦਾ। ਇਹਦੇ ਦਾ ਡੀਓ ਆਪਾਂ ਲਾਉਣੇ ਆ ਜਾਂ ਪਾਊਡਰ ਲਾਉਣੇ ਆ, ਉਹਦੇ ਲਈ ਸਾਡੇ ਸਰੀਰ ਦੇ ਵਿੱਚ ਕੀ ਹੁੰਦਾ ਕਿ ਜਿੰਨੀ ਦੇਰ ਤੱਕ ਜਿਹੜੇ ਪਸੀਨੇ ਦੇ ਜਿਹੜੇ ਗਲੈਂਡ ਨੇ ਉਹਦੇ ਵਿੱਚ ਜੇ ਪਿੱਛੋਂ ਟੌਕਸਿਨ ਆਉਣਾ ਬੰਦ ਨਹੀਂ ਹੋਊਗਾ ਉਨੀ ਦੇਰ ਤੱਕ ਜਿਹੜੇ ਪਸੀਨੇ ਦੀ ਬਦਬੂ ਨਹੀਂ ਜਾ ਸਕਦੀ। ਉਹਦੇ ਲਈ ਸਾਨੂੰ ਜਿਹੜਾ ਖਾਣ ਪਾਣ ਹੈ ਉਹਦੇ ਵੱਲ ਜਾਣਾ ਪੈਂਦਾ, ਅਤੇ ਉਸ ਤੋਂ ਇਲਾਵਾ ਜੇ ਕਿਸੇ ਦਵਾਈ ਕਰਕੇ ਕੋਈ ਬਿਮਾਰੀ ਕਰਕੇ ਕੋਈ ਦਵਾਈ ਖਾ ਰਿਹਾ ਉਹਦੇ ਦੁਸ਼ਪ੍ਰਭਾਵ ਜਿਹੜੇ ਹੈ ਸਰੀਰ ਦੇ ਵਿੱਚ ਪਸੀਨੇ 'ਚ ਬਦਬੂ ਦੇ ਰੂਪ 'ਚ ਵੀ ਆ ਜਾਂਦੇ ਹੈ। ਜਿਹੜੇ ਲੋਕ ਬੀਪੀ ਦੀ ਜਾਂ ਸ਼ੂਗਰ ਦੀਆਂ ਦਵਾਈਆਂ ਖਾਂਦੇ ਨੇ ਉਹਨਾਂ ਦੇ ਵਿੱਚ ਅਕਸਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਉਹਨਾਂ ਪਸੀਨੇ 'ਚੋਂ ਸਮੈਲ ਆਉਂਦੀ ਹੈ। ਪਸੀਨਾ ਆਉਣਾ ਮਾੜੀ ਗੱਲ ਨਹੀਂ ਗੀ, ਅੱਛੀ ਚੀਜ਼ ਹੈ, ਸਰੀਰ ਦੇ ਵਿੱਚੋਂ ਸਰੀਰ ਗੰਦਗੀ ਬਾਹਰ ਕੱਢਦਾ, ਪਰ ਪਸੀਨੇ ਵਿੱਚ ਬਦਬੂ ਆਉਣ ਦਾ ਕਾਰਨ ਇਹ ਹੈ ਤੁਹਾਡੇ ਪੇਟ ਦੇ ਵਿੱਚ ਜਾਂ ਤੁਹਾਡੇ ਸਰੀਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਬੈਕਟੀਰੀਆ ਪਿਆ ਜਿਹੜਾ ਕਿ ਚਮੜੀ ਦੇ ਰਾਹੀਂ ਬਾਹਰ ਆਉਂਦਾ ਅਤੇ ਉਹ ਬਦਬੂ ਦਾ ਕਾਰਨ ਬਣਦਾ। ਜੀ ਡਾਕਟਰ ਸਾਹਿਬ, ਇੱਕ ਤਾਂ ਸਰੀਰ ਦੇ ਵਿੱਚ ਕੋਈ ਗੰਦਾ ਬੈਕਟੀਰੀਆ ਜਾਂਦਾ ਉਦੋਂ ਇਹ ਸਮੱਸਿਆ ਆਉਂਦੀ ਹੈ ਕਿ ਜਦੋਂ ਸਰਦੀਆਂ ਦਾ ਮੌਸਮ ਹੁੰਦਾ ਤਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਕਹਿੰਦੇ ਨੇ ਕਿ ਗਰਮ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਤਾਂ ਫਿਰ ਸਰਦੀਆਂ ਦੇ ਵਿੱਚ ਖਾਧੀਆਂ ਹੋਈਆਂ ਚੀਜ਼ਾਂ ਵੀ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ। ਜੀ ਹਾਂ ਬਿਲਕੁਲ, ਇਹਦਾ ਸਿੱਧਾ ਲੀਵਰ ਨਾਲ ਸੰਬੰਧ ਹੈ। ਜਿਹੜੇ ਬੰਦੇ ਦਾ ਲੀਵਰ ਦੇ ਵਿੱਚ ਨੁਕਸ ਹੈ, ਦੇਖੋ ਜੇ ਤੁਸੀਂ ਲੋੜ ਤੋਂ ਜ਼ਿਆਦਾ ਗੰਦੀਆਂ ਚੀਜ਼ਾਂ ਪਾਈ ਜਾਓਗੇ ਤੇ ਲੀਵਰ ਨੇ ਵੀ ਖਰਾਬ ਹੋਣਾ ਹੀ ਹੋਣਾ। ਉਸੇ ਤਰ੍ਹਾਂ ਲੋੜ ਤੋਂ ਜ਼ਿਆਦਾ ਗਰਮ ਚੀਜ਼ਾਂ ਖਾਣ ਨਾਲ ਵੀ ਸਰੀਰ ਦੇ ਵਿੱਚ ਗਰਮੀ ਵੱਧ ਜਾਂਦੀ ਹੈ, ਗਰਮੀ ਦਾ ਵਾਧਾ ਹੁੰਦਾ, ਜਿਹਦੇ ਕਰਕੇ ਸਾਡਾ ਲੀਵਰ ਦੀ ਜਿਹੜੀ ਕਾਰਜ ਪ੍ਰਣਾਲੀ ਆ ਉਹ ਪ੍ਰਭਾਵਿਤ ਹੋ ਕੇ ਸਲੋ ਹੋ ਜਾਂਦੀ ਹੈ। ਜਦੋਂ ਸਾਡੀ ਡਾਈਜੈਸ਼ਨ ਸਲੋ ਹੋ ਗਈ, ਜਿਹੜਾ ਸਾਡਾ ਖਾਣਾ ਹੈ ਉਹ ਅਣਪਚਿਆ ਪੇਟ ਦੇ ਵਿੱਚ ਪਿਆ ਰਹੇਗਾ, ਜਿਹਦੇ ਕਰਕੇ ਸਾਨੂੰ ਪਸੀਨੇ ਦੇ ਵਿੱਚ ਬਦਬੂ ਦਾ ਸਾਹਮਣਾ ਕਰਨਾ ਪੈਂਦਾ। ਡਾਕਟਰ ਸਾਹਿਬ, ਫਿਰ ਰੋਕਿਆ ਕਿਵੇਂ ਜਾਵੇ ਇਸ ਸਮੱਸਿਆ ਤੋਂ, ਬਚਿਆ ਕਿਵੇਂ ਜਾਵੇ? ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਰੀਰ ਦੇ ਵਿੱਚ ਜਦੋਂ ਗੰਦਗੀ ਜਾਣੀ ਬੰਦ ਹੋ ਜੂਗੀ ਤੇ ਪਸੀਨੇ ਦੇ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਏਗੀ। ਇਹਦੇ ਲਈ ਜਿਵੇਂ ਆਪਾਂ ਪਹਿਲਾਂ ਵੀ ਪੁਰਾਣੀ ਵੀਡੀਓ 'ਚ ਗੱਲ ਕਰਦੇ ਆਏ ਹਾਂ ਕਿ ਸਾਨੂੰ ਜਿਹੜਾ ਖਾਣਾ ਹੈ ਉਹ ਸਾਤਵਿਕ ਖਾਣਾ ਖਾਣਾ ਚਾਹੀਦਾ, ਔਰ ਜਿੰਨਾ ਉਸ ਕੇ ਸਾਨੂੰ ਤਾਜ਼ਾ ਖਾਣਾ ਖਾਣਾ ਚਾਹੀਦਾ। ਡੱਬੇ ਵਿੱਚ ਬੰਦ ਪੈਕਿੰਗ ਭੋਜਨ ਜਿਹੜਾ ਹੈਗਾ, ਚਾਹੇ ਕੇਕ ਨੇ, ਚਾਹੇ ਬ੍ਰੈਡ ਨੇ, ਚਾਹੇ ਉਹ ਸੌਸ ਨੇ ਜਾਂ ਅਲੱਗ ਅਲੱਗ ਤਰ੍ਹਾਂ ਦੇ ਜੈਮ ਨੇ,
ਇਹ ਪ੍ਰਜ਼ਰਵ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ। ਦੂਸਰਾ ਜਿਹੜਾ ਨਮਕ ਹੈ, ਨਮਕ ਦਾ ਬਹੁਤ ਵੱਡਾ ਹੱਥ ਹੈਗਾ, ਜਿਹਨਾਂ ਲੋਕਾਂ ਦੇ ਵਿੱਚ ਗਰਮੀ ਜ਼ਿਆਦਾ ਹੈਗੀ ਹੈ, ਜਿਹਨਾਂ ਲੋਕਾਂ ਦੇ ਵਿੱਚ ਸਰੀਰ ਦੇ ਵਿੱਚ ਐਸਿਡ ਦੀ ਸਮੱਸਿਆ ਰਹਿੰਦੀ ਹੈ, ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਹਨਾਂ ਦੇ ਪਸੀਨੇ 'ਚ ਬਦਬੂ ਆਏਗੀ ਆਏਗੀ। ਉਹਨਾਂ ਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਖਾਣੇ ਦੇ ਵਿੱਚ ਫਰੂਟ ਅਤੇ ਸਲਾਦ ਦਾ ਸੇਵਨ ਕੀਤਾ ਜਾਵੇ। ਪਾਣੀ ਜਿਹੜਾ ਹੈ, ਪਾਣੀ ਵੀ ਇੱਕ ਬਹੁਤ ਵੱਡਾ ਸਰੋਤ ਹੈ ਸਰੀਰ 'ਚੋਂ ਬਦਬੂ ਨੂੰ ਦੂਰ ਕਰਨ ਦੇ ਲਈ। ਜਿਵੇਂ ਆਪਾਂ ਪਾਣੀ ਪੀਂਦੇ ਹਾਂ, ਉਹਦੇ ਵਿੱਚ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਕੁਛ ਨਾ ਕੁਛ ਐਡ ਕਰਕੇ ਪੀਤਾ ਜਾਵੇ। ਜੇ ਸ਼ਹਿਦ ਮਿਲਾ ਕੇ ਪਾਣੀ ਦੇ ਵਿੱਚ ਕੀਤਾ ਜਾਵੇ ਤੇ ਉਹਦੇ ਨਾਲ ਵੀ ਪਸੀਨੇ ਦੀ ਦੁਰਗੰਧ ਤੋਂ ਫਾਇਦਾ ਲਿਆ ਜਾ ਸਕਦਾ, ਉਹ ਬਚਿਆ ਜਾ ਸਕਦਾ। ਜੀ 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 ਡਾਕਟਰ ਸਾਹਿਬ, ਇਹ ਤਾਂ ਹੋ ਗਈ ਬਦਬੂ ਰੋਕਣ ਦੇ ਇਲਾਜ, ਜਾਂ ਕਿਵੇਂ ਆਪਾਂ ਉਸ ਤੋਂ ਬਚ ਸਕਦੇ ਹਾਂ। ਕੀ ਕੋਈ ਆਯੁਰਵੇਦ ਦੇ ਵਿੱਚ ਅਜਿਹਾ ਵੀ ਨੁਸਖਾ ਹੈਗਾ ਕਿ ਇੱਕ ਤਾਂ ਹੁੰਦਾ ਬਾਜ਼ਾਰ ਦੇ ਵਿੱਚ ਉਹ ਪਰਫਿਊਮ ਜਾਂ ਡੀਓ ਮਿਲਦੇ ਆ, ਸਰੀਰ ਦੇ ਵਿੱਚ ਉਹ ਸੁਗੰਧ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਆਯੁਰਵੇਦ ਦੇ ਵਿੱਚ ਵੀ ਕੋਈ ਅਜਿਹਾ ਕਹਿ ਲਓ ਪ੍ਰੋਡਕਟ ਕਹਿ ਲਓ ਜਾਂ ਫਿਰ ਕਿਸੇ ਤਰੀਕੇ ਦੀ ਦਵਾਈ ਜਿਸ ਦੇ ਨਾਲ ਸਰੀਰ ਦੇ ਵਿੱਚੋਂ ਜਿਹੜੀ ਚੰਗੀ ਮਹਿਕ ਆ ਸਕੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਜਿਹਨਾਂ ਨੂੰ ਪਸੀਨੇ 'ਚ ਬਦਬੂ ਆਉਂਦੀ ਹੈ, ਉਹਨਾਂ ਨੂੰ ਚਾਹੀਦਾ ਕਿ ਖਾਣਾ ਪੀਣਾ ਉਹਦਾ ਅੱਛਾ ਕਰ ਲੈਣ। ਦੂਸਰਾ, ਉਹਨਾਂ ਨੂੰ ਚਾਹੀਦਾ ਕਿ ਪੇਟ ਡੇਲੀ ਸਾਫ਼ ਹੋਣਾ ਹੋਵੇ, ਇਹਦਾ ਉਹ ਖਾਸ ਧਿਆਨ ਰੱਖਣ, ਕਬਜ਼ ਨਾ ਹੋਵੇ। ਤੀਸਰਾ, ਜਿਹੜਾ ਖਾਣੇ ਦੇ ਵਿੱਚ ਇਹਨਾਂ ਦੋਵਾਂ ਚੀਜ਼ਾਂ ਨੂੰ ਸੈੱਟ ਕਰਨ ਦੇ ਲਈ ਉਹਨਾਂ ਨੂੰ ਕੋਈ ਡਾਈਜੈਸਟਿਵ ਟੋਨਿਕ ਲੈਣਾ ਚਾਹੀਦਾ, ਆਮਲੇ ਦਾ ਮੁਰੱਬਾ ਜਾਂ ਆਮਲੇ ਦਾ ਅਚਾਰ, ਜਾਂ ਹਨਾ ਆਮਲੇ ਨੂੰ ਪਾਊਡਰ ਦੇ ਰੂਪ ਦੇ ਵਿੱਚ ਤੁਸੀਂ ਉਹਨੂੰ ਸੇਵਨ ਕਰ ਸਕਦੇ ਹੋ। ਇੱਕ ਬਹੁਤ ਵਧੀਆ ਰੋਚਕ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਜਿਹੜੀ ਪਿੱਤ ਹੈ ਉਹ ਬੈਲੈਂਸ ਹੋ ਜਾਂਦੀ ਹੈ। ਦੂਸਰਾ, ਜਿਹੜੀ ਨਿੰਮ ਹੈ, ਨਿੰਮ ਤੇ ਐਲੋਵੇਰਾ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਇਸ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦਵਾਉਣ ਲਈ ਮੇਨ ਕਾਰਗਰ ਚੀਜ਼ਾਂ ਮੰਨੀਆਂ ਜਾਂਦੀਆਂ ਨੇ। ਜਿਹੜੀ ਨਿੰਮ ਹੈ ਔਰ ਐਲੋਵੇਰਾ ਹੈ, ਨਿੰਮ ਦੀਆਂ ਪੱਤੀਆਂ ਦਾ ਰਸ ਤੇ ਐਲੋਵੇਰਾ, ਇਹਨੂੰ ਮਿਕਸ ਕਰਕੇ ਪੂਰੇ ਬੋਡੀ ਦੇ ਉੱਤੇ ਇਹਦਾ ਲੇਪ ਲਗਾ ਲਓ। ਲੇਪ ਲਗਾ ਕੇ ਉਸ ਤੋਂ ਅੱਧੇ ਘੰਟੇ ਬਾਅਦ ਨਹਾਉਣ ਨਾਲ ਜਿਹੜੀ ਦੁਰਗੰਧ ਦੇ ਬੈਕਟੀਰੀਆ ਦੇ ਜਿਹੜੇ ਸਰੀਰ ਦੇ ਵਿੱਚ ਘਰ ਬਣੇ ਆ ਉਹ ਖਤਮ ਹੋ ਜਾਣਗੇ ਤੇ ਉਹ ਜਿਹੜਾ ਸਰੀਰ ਹੈ ਤੁਹਾਡਾ ਨਿਰੋਗੀ ਹੋ ਜਾਏਗਾ। ਇਸ ਤੋਂ ਇਲਾਵਾ ਜਿਹੜਾ ਨਿੰਬੂ ਹੈ, ਨਿੰਬੂ ਦਾ ਵੀ ਸੇਵਨ ਆਪਾਂ ਕਰ ਸਕਦੇ ਹਾਂ। ਨਿੰਬੂ ਨੂੰ ਪਾਣੀ 'ਚ ਪਾ ਕੇ ਪੀਤਾ ਵੀ ਜਾ ਸਕਦਾ, ਔਰ ਇਸੇ ਨਿੰਬੂ ਦੇ ਛਿਲਕੇ ਜਿਹੜੇ ਜਦੋਂ ਨਿਚੋੜਨ ਤੋਂ ਬਾਅਦ ਆਪਾਂ ਸਿੱਟ ਦਿੰਦੇ ਹਾਂ, ਉਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਜਿਹੜਾ ਨਹਾਉਣ ਵਾਲਾ ਪਾਣੀ ਹੈ ਉਹਦੇ ਵਿੱਚ ਪਾ ਕੇ ਰੱਖਿਆ ਜਾ ਸਕਦਾ, ਜਾਂ ਵੈਸੇ ਵੀ ਤੁਸੀਂ ਆਪਦੀ ਬੋਡੀ ਦੇ ਉੱਤੇ ਨਿੰਬੂ ਦੇ ਛਿਲਕਿਆਂ ਨੂੰ ਰਗੜੋਗੇ ਅੰਦਰਲੇ ਪਾਸਿਓਂ, ਤੇ ਉਹਦੇ ਨਾਲ ਵੀ ਜਿਹੜੀ ਸਰੀਰ ਦੇ ਵਿੱਚੋਂ ਬਦਬੂ ਚਲੀ ਜਾਏਗੀ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ, ਤੁਸੀਂ ਦੇਖਿਆ ਹੋਣਾ, ਪਿੱਤ ਨਿਕਲਦੀ ਹੁੰਦੀ ਸੀ ਬੱਚਿਆਂ ਦੇ, ਤੇ ਉਹਨਾਂ ਦੇ ਮੁਲਤਾਨੀ ਮਿੱਟੀ ਜਿਹਨੂੰ ਗਾਚੀ ਕਹਿੰਦੇ ਪਿੰਡਾਂ ਦੇ ਵਿੱਚ, ਉਹਦਾ ਲੇਪ ਕਰਦੇ ਹੁੰਦੇ ਸੀਗੇ ਲੋਕ। ਸੋ ਗਾਚੀ ਦਾ ਕੀ ਕਾਰਨ ਹੈ? ਉਹ ਸਰੀਰ ਦੇ ਵਿੱਚੋਂ ਗੰਦਗੀ ਤੇ ਨਾਲ ਦੀ ਨਾਲ ਜਿਹੜੀ ਗਰਮੀ ਹੈ ਉਹਨੂੰ ਬਾਹਰ ਕੱਢ ਦਿੰਦੀ ਹੈ। ਨੀਮ ਤੇ ਐਲੋਵੇਰਾ ਤੋਂ ਬਣਿਆ ਸਾਡਾ ਜਿਹੜਾ ਸਾਬਣ ਹੈ ਬਹੁਤ ਜ਼ਿਆਦਾ ਕਾਰਗਰ ਸਾਬਿਤ ਹੋ ਰਿਹਾ। ਪਿਛਲੇ ਕਈ ਸਾਲਾਂ ਤੋਂ ਮੈਂ ਉਹ ਸਾਬਣ ਬਣਾ ਰਿਹਾ, ਤੇ ਸਾਡੇ ਹਜ਼ਾਰਾਂ ਪੇਸ਼ੈਂਟ ਸਾਨੂੰ ਦੱਸਦੇ ਜੀ ਕਿ ਅਸੀਂ ਹੁਣ ਤੱਕ ਜਿੰਨੇ ਵੀ ਸਾਬਣ ਵਰਤੇ ਆ ਉਸ ਨੂੰ ਇਸ ਤੋਂ ਵਧੀਆ ਅਸੀਂ ਸਾਬਣ ਨਹੀਂ ਦੇਖਿਆ, ਕਿਉਂਕਿ ਉਹਦੇ ਵਿੱਚ ਅਸੀਂ ਨਿੰਮ ਦਾ ਰਸ ਤੇ ਐਲੋਵੇਰਾ ਦਾ ਜਿਹੜਾ ਜੈਲ ਹੈ ਉਹ ਦੋ ਚੀਜ਼ਾਂ ਦਾ ਖਾਸ ਤੌਰ ਤੇ ਮਿਸ਼ਰਣ ਕੀਤਾ ਹੈ। ਤੀਸਰੇ, ਜੀ ਗਰਮੀਆਂ ਦੇ ਵਿੱਚ ਜਿਵੇਂ ਚਮੜੀ ਖੁਸ਼ਕ ਹੋ ਜਾਂਦੀ ਹੈ, ਉਹਦੇ ਵਿੱਚ ਅਸੀਂ ਐਲੋਵੇਰਾ ਦੇ ਨਾਲ, ਨੀਮ ਦੇ ਨਾਲ ਅਸੀਂ ਗਲਿਸਰੀਨ ਦਾ ਵੀ ਇਸਤੇਮਾਲ ਕੀਤਾ, ਜਿਹਦੇ ਕਰਕੇ ਸਕਿਨ ਦੀ ਜਿਹੜੀ ਡਰਾਈਨੈਸ ਹੈ ਉਹਨੂੰ ਰੋਕਿਆ ਜਾ ਸਕੇ। ਜੀ ਸੁਨੀਲ ਜੀ, ਡਾਕਟਰ ਸਾਹਿਬ ਇਸ ਦੇ ਨਾਲ ਇੱਕ ਚੀਜ਼ ਹੋਰ ਮੈਂ ਐਡ ਕਰਨੀ ਚਾਹੁੰਦਾ ਕਿ ਗਰਮੀ ਦੇ ਵਿੱਚ ਚਲੋ ਪਸੀਨਾ ਤੇ ਸਭ ਨੂੰ ਆਉਂਦਾ, ਤੁਸੀਂ ਵੀ ਕਿਹਾ ਕਿ ਪਸੀਨਾ ਆਉਣਾ ਚਾਹੀਦਾ, ਪਰ ਕਈ ਲੋਕ ਅਜਿਹੇ ਹੁੰਦੇ ਜਿਹਨਾਂ ਨੂੰ ਲੋੜ ਤੋਂ ਵੱਧ ਬਹੁਤ ਜ਼ਿਆਦਾ ਪਸੀਨਾ ਆਉਂਦਾ, ਉਹ ਫਿਰ ਕੀ ਚੀਜ਼ ਹੁੰਦੀ ਹੈ, ਕੀ ਕਾਰਨ ਹੁੰਦਾ ਉਹਦਾ? ਗਰਮੀ ਕਰਕੇ ਆਉਣਾ ਜੀ, ਦੇਖੋ ਤੁਸੀਂ ਇਹਦਾ ਇੱਦਾਂ ਸਮਝੋ, ਸਾਡੀ ਜਿਹੜੀ ਬਾਡੀ ਹੈ ਆਪਦੇ ਟੈਂਪਰੇਚਰ ਨੂੰ ਮੇਨਟੇਨ ਰੱਖਣ ਵਾਸਤੇ 98.6 ਫਾਰਨਹਾਈਟ ਤੇ 37.6 ਜੇ ਆਪਾਂ ਗੱਲ ਕਰੀਏ ਸੈਲਸੀਅਸ ਦੇ ਵਿੱਚ, ਉਹਨੂੰ ਉਸ ਬਰਕਰਾਰ ਟੈਂਪਰੇਚਰ ਨੂੰ ਬਰਕਰਾਰ ਰੱਖਣ ਵਾਸਤੇ ਸਾਡੇ ਸਰੀਰ ਦੇ ਵਿੱਚ ਪਸੀਨੇ ਦੇ ਰੂਪ 'ਚ, ਤਾਂ ਕਿ ਬਾਹਰ ਦਾ ਤਾਪਮਾਨ ਸਰੀਰ ਦੇ ਅਨੁਕੂਲ ਹੋ ਸਕੇ, ਉਹ ਪਸੀਨਾ ਆਉਂਦਾ। ਸਾਨੂੰ ਦੇਖਿਆ ਹੁਣ ਤੁਸੀਂ ਗਰਮੀ ਦੇ ਵਿੱਚ ਜਾ ਕੇ ਪਸੀਨਾ ਆਉਂਦਾ, ਧੁੱਪੇ ਖੜਦੇ ਹੋ ਤਾਂ ਪਸੀਨਾ ਆਉਂਦਾ, ਕਿਉਂਕਿ ਬਾਡੀ ਨੇ ਬਾਹਰਲੇ ਟੈਂਪਰੇਚਰ ਨੂੰ ਬਾਡੀ ਦੇ ਨਾਲ ਮੇਨਟੇਨ ਕਰਨਾ ਹੁੰਦਾ, ਆਪਦੇ ਆਪ ਨੂੰ ਝੁਲਸਣ ਤੋਂ ਬਚਾਉਣ ਲਈ। ਐਂ ਲਾ ਲਓ ਜਿਹੜੀ ਚਮੜੀ ਆ ਉਹ ਪਸੀਨਾ ਬਾਹਰ ਕੱਢਦੀ ਹੈ। ਇਹਦੇ ਲਈ ਸਾਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਪਾਣੀ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ। ਦੂਸਰਾ, ਪਾਣੀ ਦੇ ਵਿੱਚ ਜੇ ਤੁਸੀਂ ਨਿੰਮ ਦੇ ਪੱਤੇ 2-4 ਉਬਾਲ ਕੇ ਰੱਖ ਲਓ, ਜਦੋਂ ਪਾਣੀ ਪੀਣਾ ਉਹਦੇ ਵਿੱਚ ਤੁਸੀਂ ਉਹ ਪਾਣੀ ਐਡ ਕਰਕੇ ਪੀਓਗੇ ਤੇ ਉਹਦੇ ਨਾਲ ਜਿਹੜਾ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਪਾਇਆ ਜਾ ਸਕਦਾ। ਇੱਕ ਚੀਜ਼ ਤੁਹਾਡੇ ਨਾਲ ਨਾਲ ਮੈਂ ਵੀ ਐਡ ਕਰਨਾ ਚਾਹਾਂਗਾ, ਬੜੇ ਲੋਕਾਂ ਨੂੰ ਪੈਰਾਂ ਦੇ ਵਿੱਚੋਂ ਬਹੁਤ ਜ਼ਿਆਦਾ ਪਸੀਨਾ ਆਉਂਦਾ, ਸਰਦੀਆਂ ਦੇ ਵਿੱਚ ਵੀ ਉਹਨਾਂ ਦੇ ਪੈਰਾਂ 'ਚੋਂ ਪਸੀਨਾ ਆਉਂਦਾ, ਉਹਦਾ ਸਿੱਧਾ ਜਿਹਾ ਕਾਰਨ ਉਹਨਾਂ ਦੇ ਲੀਵਰ ਦੇ ਵਿੱਚ ਗਰਮੀ ਤੇ ਪੇਟ ਦੇ ਵਿੱਚ ਖਰਾਬੀ ਹੋਣਾ ਹੈ। ਜਿਹੜੇ ਵੀ ਲੋਕ ਸਰਦੀਆਂ ਵਿੱਚ ਜਰਾਬਾਂ ਜਾਂ ਇਸ ਤਰ੍ਹਾਂ ਦੇ ਸੌਕਸ ਵਗੈਰਾ ਯੂਜ਼ ਕਰਦੇ ਨੇ, ਉਹਦੇ ਵਿੱਚ ਉਹਨਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਰਾਤ ਨੂੰ ਸੌਣ ਵੇਲੇ ਫਟਕੜੀ ਵਾਲੇ ਪਾਣੀ ਦੇ ਵਿੱਚ ਆਪਦੇ ਪੈਰ, ਗਰਮ ਪਾਣੀ ਦੇ ਵਿੱਚ ਫਟਕੜੀ ਪਾ ਕੇ ਉਹਦੇ ਵਿੱਚ ਆਪਦੇ ਪੈਰਾਂ ਨੂੰ 10-15 ਮਿੰਟ ਰੱਖਣ, ਉਸ ਤੋਂ ਬਾਅਦ ਉਹਨੂੰ ਸਾਫ਼ ਕਰਕੇ ਕਿਸੇ ਚੰਗੇ ਨਾਰੀਅਲ ਦੇ ਤੇਲ ਦੇ ਨਾਲ ਉਹਨੂੰ ਚੁੱਪੜ ਕੇ ਫਿਰ ਸੌਣ। ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੀ ਜਿਹੜੀ ਐਕਸਟਰਨਲ ਤੌਰ 'ਤੇ ਜਿਹੜਾ ਬੈਕਟੀਰੀਆ ਹੈਗਾ
ਉਹਨਾਂ ਦੇ ਪੈਰਾਂ ਦੇ ਵਿੱਚ, ਉਹ ਦੂਰ ਹੋ ਜਾਏਗਾ ਤੇ ਬਦਬੂ ਚਲੀ ਜਾਏਗੀ। ਇਹਦੇ ਨਾਲ ਨਾਲ ਉਹਨਾਂ ਨੂੰ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਣਾ। ਜੀ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੱਢ ਕੇ। ਬਾਕੀ ਜਿਹੜੇ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਆ, ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਏਗੀ, ਅਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਫਿਲਹਾਲ ਦੇ ਲਈ ਇੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ।